ग्रोवर स्वीट्स यशपाल हलवाई जो कि फगवाड़ा विखे स्थित है। ग्रोवर स्वीट्स अपने इलाके विच बहुत ही वधिया तरीके नाल सेवावां दे रहा है। इत्थे हर चीज़ बहुत ही वधिया ताज़ी अते वाजिब रेटां ते उपलब्ध है। जन्माष्टमी के विशेष मौके साडी पंजाब प्लस टीम ने ग्रोवर स्वीट्स का विशेष दौरा किया। पेश है पंजाब प्लस टीम वालों एक रिपोर्ट। हैलो, मैं राजेश खुराना। मैं इत्थे समान लैण आंदा, दही लस्सी पनीर सारा कुछ बहुत वधिया, मिठाई वधिया मिलती आ इत्थों। असीं ब्याह शादी वास्ते भी इत्थों लईदी आ। सब तो वधिया शहर च वधिया माल मिलता इत्थे। ग्रोवर स्वीट शॉप तो असीं लैण आईदा समान, कि मिठाई दुध दही पनीर बहुत वधिया मिलता वा। इत्थे दी शहर तो सब तो वधिया चीज़ मिलती आ, साफ सुथरी मिलती है। मैं जसपाल सिंह जी, स्पैशल इन्हें दुकान पर मैं जश हलवाई जी ने दुकान आ मोती बिहार स्पैशल, जिहड़ी कि इन्हों की लस्सी साढ़े फगवाड़े शहर नंबर वन आ। असी मालटों रहने तो मालटों तो स्पैशल असी ऐसे लस्सी पीण आने हो। साडा कोई विआह शादियां प्रोग्राम होवे, सानू दुध दही 50 किलो 100 किलो जो चाहिए सानू हर वेले एनी टाइम माल मिल जाता। क्यों मिलता? कि सानू इन्हां ते यकीन आ, 100% इन्हां दा माल प्योर आ, कोई मिलावट नहीं। इन्हां पुरानी जद्दी दुकान आ 60-70 सालों तो, 60-70 सालों तो इन्हों के नाल जुड़े पे काफ़ी टाइम तो, साढ़े सारा परिवार साड़ी सारी फैमिली, तो असं बड़े हैप्पी हाँ, खुश हाँ। अज तक इन्हें कोई सानू फगवाड़े शहर की कंप्लेट नहीं आई, कोई अज तक सानू माड़ी चीज़ नहीं मिली, तो असं बहुत खुश हैं दुकान तो हर चीज़ लैके। थैंक यू। मैं राजकुमार बोल रहा जी, मोती बाजार चो। मेरे फादर का नाम यशपाल, स्वीट शॉप मोती बाजार ग्रोवर स्वीट शॉप। 1965 की दुकान असं चला रहे हैं जी। फादर साहब उन्होंने पहला कम
ਬੜੀ ਮਿਹਨਤ ਦੇ ਨਾਲ ਚਲਾਇਆ ਅਤੇ ਅਸੀਂ ਉਹਨਾਂ ਦੇ ਨਾਲ ਲੱਗੇ ਅਤੇ ਉਹਨਾਂ ਤੋਂ ਡੈਥ ਹੋਣ ਤੋਂ ਬਾਅਦ ਫਿਰ ਅਸੀਂ ਇਹ ਕੰਮ ਉਹਨਾਂ ਨੇ ਜਿੱਦਾਂ ਚਲਾ ਰਹੇ ਸੀਗੇ ਉੱਦਾਂ ਹੀ ਅਸੀਂ ਚਲਾ ਰਹੇ ਹਾਂ। ਸਵੀਟ ਸ਼ੋਪ ਜੋ ਮਿਠਾਈ ਵਗੈਰਾ ਦੁੱਧ ਦਹੀਂ ਲੱਸੀ ਪਨੀਰ ਲੋਕਾਂ ਨੂੰ ਸਾਫ਼ ਸੁਥਰੀ ਅਸੀਂ ਦੇ ਰਹੇ ਹਾਂ ਔਰ ਅੱਗੇ ਵੀ ਆਉਣ ਵਾਲੇ ਟਾਈਮ ਨੂੰ ਅਸੀਂ ਸਾਫ਼ ਸੁਥਰੀ ਚੀਜ਼ ਇੱਦਾਂ ਹੀ ਦੇਵਾਂਗੇ ਜੀ। ਮੇਰਾ ਨਾਮ ਹੈਗਾ ਜੀ ਗੌਰਵ, ਇਹਨਾਂ ਦੀ ਆਪਣੀ ਜਸ਼ ਹਲਵਾਈ ਦੀ ਦੁਕਾਨ ਹੈਗੀ ਮੋਤੀ ਬਾਜ਼ਾਰ। ਇਹਨਾਂ ਦੇ ਵਿੱਚ ਦਹੀਂ ਜੋ ਪਨੀਰ ਦੀ ਕੁਆਲਿਟੀ ਪਿਓਰ ਹੈਗੀ ਆ, ਕੋਈ ਇਹ ਨਹੀਂ ਹੈਗੀ ਮਿਲਾਵਟ ਦੇ ਵਿੱਚ ਹੈਗੀ, ਕੋਈ ਮਿਠਾਈ ਲੈ ਲਓ ਤਾਂ ਐਨ ਪਿਓਰ ਹੈਗੀ ਆ, ਅਤੇ ਜੋ ਆਪਣੀ ਲੱਸੀ ਇੱਕ ਨੰਬਰ ਹੈਗੀ ਆ, ਜੋ ਸਾਡੇ ਘਰ 'ਚ ਜਾ ਰਿਹਾ ਹੈਗਾ ਦਹੀਂ ਜੋ ਪਨੀਰ ਇਹਨਾਂ ਦੀ ਦੁਕਾਨ ਤੋਂ ਜਾਂਦਾ ਹੈਗਾ ਆ, ਅਤੇ ਨਾਲੇ ਪਿਓਰ ਹੈਗਾ ਸਾਡੇ ਘਰ ਦੇ ਵੀ ਇਹਨਾਂ ਦੇ ਕੋਲੋਂ ਲੈ ਕੇ ਅਤੇ ਲਿਜਾਂਦੇ ਹੈਗੇ, ਕੋਈ ਹੋਰ ਨਹੀਂ ਦੂਰ ਜਾਈਦਾ ਹੈਗਾ। ਮੈਂ ਗੋਪੇਸ਼ ਗਰੋਵਰ ਇਸ ਫਗਵਾੜਾ ਸ਼ਹਿਰ ਦਾ ਰਹਿਣ ਵਾਲਾ। 1965 ਤੋਂ ਮੇਰੇ ਬਜ਼ੁਰਗਾਂ ਨੇ ਇਸ ਸ਼ਹਿਰ ਦੇ ਵਿੱਚ ਗਰੋਵਰ ਸਵੀਟਸ ਦੇ ਨਾਮ ਤੋਂ ਬਿਜ਼ਨਸ ਸ਼ੁਰੂ ਕੀਤਾ ਸੀਗਾ ਲੱਸੀ ਦੇ ਕੰਮ ਤੋਂ, ਜਿਹੜਾ ਕਿ ਵੱਧਦਾ ਵੱਧਦਾ ਦੁੱਧ ਦਹੀਂ ਪਨੀਰ ਲੱਸੀ ਦੇ ਨਾਮ ਤੋਂ ਅੱਜ ਸ਼ਹਿਰ ਦੇ ਵਿੱਚ ਅਸੀਂ ਆਪਣੀ ਸਰਵਿਸ ਵਧੀਆ ਕੁਆਲਿਟੀ ਦੀਆਂ ਦੇ ਰਹੇ ਹਾਂ, ਜਿਹੜਾ ਕਿ ਕਸਟਮਰ ਸਾਡੀ ਸਰਵਿਸ ਤੋਂ ਬਹੁਤ ਖੁਸ਼ ਆ। ਅਤੇ ਤੁਸੀਂ ਦੇਖ ਸਕਦੇ ਹਾਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਸਿਰਫ ਇੱਕ ਮਿੱਠੀ ਲੱਸੀ ਦੇ ਨਾਮ ਤੋਂ ਸ਼ੁਰੂ ਕੀਤਾ ਸੀਗਾ ਅਤੇ ਅੱਜ ਅਸੀਂ ਆਪਣਾ ਮੈਨਿਊ ਵਧਾਉਂਦੇ ਹੋਏ ਲੱਸੀ ਦੇ ਵਿੱਚ 10 ਤਰ੍ਹਾਂ ਦੀ ਲੱਸੀਆਂ ਦੇ ਰਹੇ ਹਾਂ, ਜਿਹਦੇ ਵਿੱਚ ਸ਼ੂਗਰ ਫ੍ਰੀ ਲੱਸੀ ਹੋ ਗਈ, ਮਸਾਲਾ ਲੱਸੀ ਹੋ ਗਈ, ਡਰਾਈ ਫਰੂਟ ਲੱਸੀ, ਯਸ਼ਪਾਲ ਸਪੈਸ਼ਲ ਲੱਸੀ, ਉਹਨਾਂ ਬ੍ਰਾਂਡ ਨੇਮ ਤੋਂ ਅਸੀਂ ਆਪਣੀ ਲੱਸੀ ਸ਼ੁਰੂ ਕੀਤੀ ਆ। ਅਤੇ ਬਹੁਤ ਹੀ ਗੱਲ ਕਰਦੇ ਹੋਏ ਅਸੀਂ ਜੇ ਮਿਠਾਈਆਂ ਵੱਲ ਗੱਲ ਕਰਦੇ ਹਾਂ ਅਤੇ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਕਸਟਮਰ ਨੂੰ ਪਿਓਰ ਅਤੇ ਵਧੀਆ ਕੁਆਲਿਟੀ ਦੀ ਮਿਠਾਈਆਂ ਅਸੀਂ ਉਹਨਾਂ ਤੱਕ ਪਹੁੰਚਾਉਣ ਦੀ ਅਸੀਂ ਦਾਅਵਾ ਕਰਦੇ ਹਾਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਤਿਉਹਾਰਾਂ ਦੇ ਵਿੱਚ ਬਹੁਤ ਸਾਰੇ ਲੋਕ ਮਿਠਾਈ ਦੇ ਵਿੱਚ ਮਿਲਾਵਟਾਂ ਕਰਦੇ ਆ, ਪਰ ਅਸੀਂ ਇਸ ਚੀਜ਼ ਦਾ ਦਾਅਵਾ ਕਰਦੇ ਹਾਂ ਜੋ ਕੁਛ ਵੀ ਅਸੀਂ ਕਸਟਮਰ ਤੱਕ ਪਹੁੰਚਾਵਾਂਗੇ ਉਹ ਬਿਲਕੁਲ ਸਾਫ਼ ਸੁਥਰਾ ਅਤੇ ਵਧੀਆ ਕੁਆਲਿਟੀ ਦਾ ਹੋਊਗਾ। ਅਤੇ ਅਸੀਂ ਪੰਜਾਬ ਸਰਕਾਰ ਦੇ ਨਾਲ ਜੁੜਦੇ ਹੋਏ ਇਹ ਵੀ ਕਹਾਂਗੇ ਕਿ ਅਸੀਂ ਜਿਹੜਾ ਪੰਜਾਬ ਲੋਕ ਨਸ਼ਿਆਂ ਵਿੱਚ ਬੜੇ ਹੋਏ ਆ, ਅਸੀਂ ਨਸ਼ਿਆਂ ਨੂੰ ਮੁਕਤ ਕਰ ਪੰਜਾਬ ਮੁਕਤ ਕਰਨ ਦੇ ਵਿੱਚ ਪੂਰੀ ਸਹਾਇਤਾ ਕਰਾਂਗੇ, ਵਧੀਆ ਪ੍ਰੋਡਕਟ ਲੋਕਾਂ ਤੱਕ ਪਹੁੰਚਾਵਾਂਗੇ, ਉਹਨਾਂ ਦੀ ਸਿਹਤ ਦੇ ਲੈ ਸਿਹਤ ਨੂੰ ਮੱਦੇ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਵਧੀਆ ਫੂਡ ਪਹੁੰਚਾਉਂਦੇ ਹੋਏ ਉਹਨਾਂ ਨੂੰ ਵਧੀਆ ਕੁਆਲਿਟੀ ਦੇਵਾਂਗੇ। ਥੈਂਕ ਯੂ ਜੀ।